ਕਣਕ ਨੂੰ ਮਚਾਉਣਾ ਚਾਹਣੇ ਹੋ ਜਾਂ ਤੁਸੀਂ ਗੁੱਲੀ ਡੰਡਾ ਮਚਾਉਣਾ ਚਾਹਣੇ ਹੋ ਤੁਸੀਂ ਇੱਕ ਸੋਚੋਗੇ ਵੀ ਆਪਾਂ ਇਹ ਗੱਲ ਕਿਉਂ ਕਹੀ ਹੈ ਵੀ ਕਣਕ ਨੂੰ ਵੀ ਕੋਈ ਮਚਾਉਂਦਾ ਹੁੰਦਾ ਹੈ ਕਿਉਂਕਿ ਆਪਾਂ ਤੁਹਾਡੇ ਨਾਲ ਇਹੋ ਜਿਹੇ ਕਿਸਾਨ ਭਰਾ ਦੀ ਸਟੋਰੀ ਸਾਂਝੀ ਕਰਦੇ ਆ ਜਿਨੇ ਬਈ ਜੀ ਆਪਦੀ ਗਲਤੀ ਦੇ ਨਾਲ ਆਪਦੀ ਕਣਕ ਸਾੜ ਲਈ ਕਿਵੇਂ ਸਾੜ ਲਈ ਬਈ ਜੀ ਉਹ ਕਿਸਾਨ ਭਰਾ ਨੂੰ ਮੈਂ ਬਹੁਤ ਕਿਹਾ ਵੀ ਤੂੰ ਬਈ ਹੋ ਆਪਣੇ ਕੈਮਰੇ ਦੇ ਅੱਗੇ ਆ ਤੇ ਹੋਰ ਕਿਸਾਨ ਭਰਾਵਾਂ ਨਾਲ ਇਹ ਗੱਲਬਾਤ ਸਾਂਝੀ ਕਰ ਤਾਂ ਕਿ ਹਰੇਕ ਬਈ ਜੀ ਇਹੋ ਜੀ ਵੱਡੀ ਇੰਨੀ ਗਲਤੀ ਨਾ ਕਰ ਲੇ ਉਹ ਬਈ ਜੀ ਅੱਗੇ ਨਹੀਂ ਆ ਰਿਹਾ ਕਿਸਾਨ ਭਰਾ ਤੇ ਪਰ ਉਹਦੀ ਆਪਾਂ ਕਣਕ ਦੀ ਬਈ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਛੋਟੀ ਜੀ ਗਲਤੀ ਨਾਲ ਕਿੰਨਾ ਵੱਡਾ ਨੁਕਸਾਨ ਕਰ ਬੈਠਿਆ ਕਿਸਾਨ ਭਰਾ ਪਰ ਉਹਨੇ ਜੋ ਗੱਲਾਂ ਦਸੀਆਂ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੰਨੇ ਆ ਵੀ ਭਰਾ ਦੀ ਕਣਕ ਕਿਉਂ ਮੱਚ ਗਈ ਆਪਦੀ ਕੀ ਗਲਤੀ ਰਹੀ ਇਹਦੇ ਕਰਕੇ ਕਿ ਉਹਦਾ ਐਡਾ ਵੱਡਾ ਨੁਕਸਾਨ ਹੋ ਗਿਆ ਗੱਲਬਾਤ ਇਦਾਂ ਕਿਸਾਨ ਭਰਾ ਬੋ ਉਹਨੇ ਕੀ ਕੀਤਾ ਨਾ ਬਈ ਜੀ ਆਪਾਂ ਹੁਣ ਸਪਰੇਅ ਦਾ ਉਸ ਦਾ ਨਾਮ ਨਹੀਂ ਲੈਣਾ ਉਹ ਸਪਰੇਅ ਬਹੁਤ ਜ਼ਿਆਦਾ ਕਰੜੀ ਹੈ ਉਹਦੀ ਡੋਜ਼ 400 ਗ੍ਰਾਮ ਸੀਗੀ ਤੇ ਉਸਨੇ ਬਈ ਜੀ ਉਸਦੀ ਡੋਜ਼ 400 ਤੋਂ 100 ਗ੍ਰਾਮ ਪਲੱਸ ਕਰਤੀ ਸੋਚਿਆ ਵੀ ਦਵਾਈਆਂ ਨਰਮ ਆਉਂਦੀਆਂ ਤੇ ਕੱਖ ਵਗੈਰਾ ਜ਼ਿਆਦਾ ਗੁੱਲੀ ਡੰਡਾ ਵਗੈਰਾ ਤੇ ਆਪਾਂ ਬਈ 100 ਗ੍ਰਾਮ ਜ਼ਿਆਦਾ ਕਰਦ ਗਏ ਤਾਂ ਕੋਈ ਨੁਕਸਾਨ ਨਹੀਂ ਹੋਣਾ ਕਣਕ ਨੂੰ ਪਰ ਹੋਇਆ ਕਿ ਉਸ 100 ਗ੍ਰਾਮ ਦਵਾਈ ਜ਼ਿਆਦਾ ਹੋਣ ਦੇ ਨਾਲ ਨਾ ਜੀ ਉਹਨੇ ਸਵਾ 100 ਲੀਟਰ ਪਾਣੀ ਵਰਤਿਆ 500 ਗ੍ਰਾਮ ਦਵਾਈ ਪਾਤੀ ਪਰ ਇਕੜ ਦੀ ਤੇ ਹੁੰਦੇ ਹੋਂਦੇ ਜੀ ਉਹਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਵੀ ਹੁਣ ਉਹ ਪਛਤਾਈ ਜਾਂਦਾ ਬਈ ਇਹਨੂੰ 100 ਗ੍ਰਾਮ ਹੀ ਦਵਾਈ ਵੱਧ ਪਾਈ ਉਹਨੇ ਸੋਚਿਆ ਤੇ ਪਰ ਅੱਜ ਬਈ ਜੀ ਉਹਦੇ 3 ਕਿੱਲਾਂ ਦਾ ਪਲਾਟ ਬਿਲਕੁਲ ਹੀ ਨਾਸ ਹੋ ਗਿਆ ਹੁਣ ਉਹ ਵੀ ਸੋਚਦਾ ਬਈ ਜੀ ਇਹਦਾ ਵੀ ਜਿਆਦਾ ਨਾ ਡੋਜ਼ ਪਾਉਂਦਾ ਨਾ ਗੁੱਲੀ ਡੰਡੇ ਵੱਲ ਧਿਆਨ ਦਿੰਦਾ ਵੀ ਆਪਣਾ ਇੱਡਾ ਵੱਡਾ ਨੁਕਸਾਨ ਗੁੱਲੀ ਡੰਡਾ ਨਹੀਂ ਕਰਦਾ ਜਿੰਨਾ ਆਪਾਂ ਦਵਾਈ ਨਾਲ ਕਰ ਲਿਆ ਜੀ ਉਹ ਇਹ ਗੱਲ ਨੂੰ ਨਹੀਂ ਮੰਨਿਆ ਉਹਨੇ ਕੀ ਕੀਤਾ ਬਈ ਸਪਰੇਅ ਕਰਤੀ ਸਪਰੇਅ ਕਰਨ ਤੋਂ ਬਾਅਦ ਉਹ ਕਿਸਾਨ ਭਰਾ ਦਾ ਦੱਸਣਾ ਬਈ ਜੀ ਆਦਾ ਮੈਂ ਜਿਹੜੀਆਂ ਜਿਹੜੀਆਂ ਗਲਤੀਆਂ ਕੀਤੀਆਂ ਇੱਕ ਤਾਂ ਬਾਈ ਜੀ ਆਦਾ ਕਦੇ ਵੀ ਜਿੰਨੀ ডোজ ਦੁਕਾਨਦਾਰ ਦੱਸ ਦੇ ਜਾਂ ਡਾਕਟਰ ਦੱਸ ਦੇ ਦਵਾਈ ਦੀ ਵੀ ਇੰਨੀ ਪਾਉਣੀ ਹੈ ਉਸ ਤੋਂ ਵੱਧ ਕਦੇ ਵੀ ਦਵਾਈ ਨਾ ਪਾਓ ਅਤੇ ਦੂਜਾ ਬਾਈ ਜਿਹੜੀ ਇਹ ਕਣਕ ਦੇ ਵਿੱਚ ਆਪਾਂ ਜ਼ਿਆਦਾ ਪਾਣੀ ਵਰਤ ਲੰਨੇ ਆ ਨਾ ਉਹ ਵੀ ਨਾ ਵਰਤੋ ਕਿਉਂਕਿ ਜੜਾਂ ਦੇ ਵਿੱਚ ਪਾਣੀ ਡੁੱਲ ਡੁੱਲ ਕੇ ਦਵਾਈ ਦੇ ਨਾਲ ਜੜ ਨੂੰ ਨੁਕਸਾਨ ਹੋ ਜਾਂਦਾ ਤੇ ਬਾਈ ਜੀ ਕਣਕ ਆਟੋਮੈਟਿਕ ਕਹਿੰਦਾ ਮੱਚ ਜਾਂਦੀ ਹੈ ਉਹਦੇ ਨਾਲ ਵੀ ਅਜਿਹਾ ਹੀ ਕੋਸ਼ ਹੋਇਆ ਤੇ ਹੁਣ ਬਾਈ ਜੀ ਉਹ ਵੇਲੇ ਨੂੰ ਪਛਤਾ ਰਿਹਾ ਉਹਦੀ ਸਕਰੀਨ ਦੇ ਉੱਤੇ ਤੁਸੀਂ ਵੀਡੀਓ ਚੱਲਦੀ ਵੇਖੀ ਇਹਨਾਂ ਨੂੰ ਕਣਕ ਦੀ ਵੀ ਕਿੰਨਾ ਵੱਡਾ ਨੁਕਸਾਨ ਕਰ ਲਿਆ ਕਣਕ ਨੂੰ ਆਪਾਂ ਹੱਥ ਲਾ ਕੇ ਦੇਖੀਏ ਕਣਕ ਦੇ ਵਿੱਚ ਤਾਕਤ ਦਾ ਕੋਈ ਕਾਣੀ ਨਹੀਂ ਰਹਿ ਗਿਆ ਜੀ ਇਹ ਕਣਕ ਮੈਂ ਤਾਂ ਜ਼ਿਆਦਾ ਤੋਂ ਜ਼ਿਆਦਾ ਇੰਨੇ ਹੀ ਮੰਨਦਾ ਵੀ ਇਹ ਕਣਕ ਹੈ ਜੋ 20-25 ਮਣ ਦੇ ਘਰਾ ਦੇ ਵਿੱਚ ਰਹੀਗੀ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਭਰਾ ਦਾ ਤਾਈਓ ਬਾਈ ਜੀ ਆਪਾਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਕਣਕ ਨੂੰ ਬਚਾਉਣਾ ਚਾਹੁੰਦੇ ਹੋ ਜਾਂ ਗੁੱਲੀ ਡੰਡੇ ਨੂੰ ਬਚਾਉਣਾ ਚਾਹੁੰਦੇ ਹੋ ਉਹ ਤਾਂ ਕਹਿੰਦਾ ਬਾਈ ਜੀ ਮੇਰੇ ਤੋਂ ਐਡੀ ਵੱਡੀ ਗਲਤੀ ਹੋ ਗਈ ਮੈਂ ਕੈਮਰੇ ਦੇ ਆ ਕੇ ਅੱਗੇ ਆ ਕੇ ਵੀ ਸ਼ਰਮਿੰਦਾ ਹੋਣਾ ਵੀ ਮੈਂ ਮੈਨੂੰ ਲੋਕ ਕਹਿਣਗੇ ਵੀ ਤੂੰ ਕਮਲਾ ਸੀ ਤੁਸੀਂ ਹੁਣ ਵੀ ਕਮੈਂਟ ਕਰਨੇ ਆ ਪਰ ਆਪਾਂ ਅਫਸੋਸ ਕਰਦੇ ਆਂ ਭਰਾ ਨਾਲ ਐਡੀ ਵੱਡੀ ਗਲਤੀ ਹੋ ਗਈ ਜਿਹੜੀ ਕਿ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਜੰਨੇ ਆਂ ਬਾਈ ਜੀ ਤੁਸੀਂ ਭੁੱਲ ਕੇ ਵੀ ਇਹ ਗਲਤੀ ਨਾ ਕਰਿਓ ਕਿਉਂਕਿ ਇੱਕ ਛੋਟੀ ਜੀ ਗਲਤੀ ਨਾਲ ਆਪਾਂ ਤਾਂ ਸੋਚ ਲੰਨੇ 100 ਗ੍ਰਾਮ ਵੇਖੋ ਦਵਾਈਆਂ ਕਿੰਨੀਆਂ ਗੰਧੀਆਂ ਆਉਂਦੀਆਂ ਇੱਕ ਇੱਕ ਗ੍ਰਾਮ ਪਰ ਇੱਕੜ ਦੀ ਵੀ ਦਵਾਈ ਆਈ ਜਾਂਦੀ ਹੈ ਜਿਹੜੀ ਕਿ ਫੁੱਲ ਰਿਜ਼ਲਟ ਵੀ ਦਿੰਦੀ ਹੈ ਤੇ ਨੁਕਸਾਨ ਵੀ ਕਰ ਜਾਂਦੀ ਹੈ ਫਿਰ ਆਪਾਂ ਬਾਈ ਜੀ ਜਿੰਨੀ ਸਿਫਾਰਿਸ਼ ਕੀਤੀ ਹੈ ਡਾਕਟਰਾਂ ਨੇ ਉਸ ਤੋਂ ਵੱਧ ਆਪਾਂ ਦਵਾਈ ਕਿਉਂ ਪਾਈਏ ਇਹੋ ਗੱਲਾਂ ਸੀਆਂ ਉਸ ਕਿਸਾਨ ਭਰਾ ਦੀਆਂ ਤੇ ਜਿਹੜੀਆਂ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀਆਂ ਤੇ ਤੁਸੀਂ ਵੀ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਤਾਂ ਕਿ ਹੋਰ ਕੋਈ ਕਿਸਾਨ ਭਰਾ ਆਪਦੀ ਅਜਿਹੀ ਗਲਤੀ ਨਾਲ ਕੋਈ ਵੱਡਾ ਨੁਕਸਾਨ ਨਾ ਕਰ ਬੈਠੇ। ਅੱਜ ਦੀ ਕਰਦੇ ਹਾਂ ਸਮਾਪਤੀ ਮਿੱਤਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।